ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਪੰਥ ਦੀਆਂ ਕੁਝ ਜਥੇਬੰਦੀਆਂ ਨੂੰ ਆਵਾਜ਼ ਮਾਰੀ ਗਈ ਸੀ, ਪਰ ਜਥੇਬੰਦੀਆਂ ਜਿਹੜੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਆਵਾਜ਼ ਨੂੰ ਸੁਣ ਕੇ ਆਈਆਂ ਨੇ। 12-13 ਦੇ ਕਰੀਬ ਜਥੇਬੰਦੀਆਂ ਨੇ ਹਾਜ਼ਰੀ ਭਰੀ ਹੈ, ਔਰ ਇਹਦੇ ਵਿੱਚ ਜੋ ਕੌਮ ਨੂੰ ਦਰਪੇਸ਼ ਸਮੱਸਿਆਵਾਂ ਨੇ, ਚੁਣੌਤੀਆਂ ਨੇ, ਇਹਦੇ 'ਤੇ ਵਿਚਾਰ ਹੋਈ ਹੈ। ਔਰ ਕੋਆਰਡੀਨੇਸ਼ਨ ਕਮੇਟੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਿਛਲੇ 9 ਅਪ੍ਰੈਲ ਨੂੰ ਬਣਾਈ ਗਈ ਸੀ, ਅਤੇ ਉਹ ਕੋਆਰਡੀਨੇਸ਼ਨ ਕਮੇਟੀ ਜਿਹੜੀ ਹੈ ਉਹ ਅੱਜ ਇੱਥੇ ਸਾਰੀ ਜਿਹੜੀ ਹੈ ਉਹ ਇੱਥੇ ਪਹੁੰਚੇ ਹੈ, ਜਿੱਥੇ ਕੌਮ ਦੇ ਸਾਹਮਣੇ ਚੁਣੌਤੀਆਂ ਨੇ, ਕੌਮੀ ਸਰੋਕਾਰ ਨੇ, ਉਹਨਾਂ ਦੇ ਉੱਤੇ ਚਰਚਾ ਹੋਈ ਹੈ। ਉੱਥੇ 550 ਸਾਲਾਂ ਜਿਹੜਾ ਹੈ ਪ੍ਰਕਾਸ਼ ਪੁਰਬ ਕਿਵੇਂ ਮਨਾਇਆ ਜਾਣਾ ਹੈ, ਕਿਵੇਂ ਮਨਾਇਆ ਜਾਣਾ ਚਾਹੀਦਾ ਹੈ, ਇਹਦੇ ਉੱਤੇ ਵੀ ਚਰਚਾ ਹੋਈ ਹੈ। ਸਾਰੀਆਂ ਜਥੇਬੰਦੀਆਂ ਨੇ ਆਪਣੇ ਆਪਣੇ ਕਾਰਜਾਂ ਬਾਰੇ ਦੱਸਿਆ, ਅਤੇ ਨਾਲ ਹੀ ਸੁਝਾਅ ਦਿੱਤੇ ਨੇ। ਜਿਹੜੇ ਜਥੇਬੰਦੀਆਂ ਨੇ ਸੁਝਾਅ ਦਿੱਤੇ ਨੇ ਉਹਨਾਂ 'ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਜਥੇਬੰਦੀਆਂ ਦਾ ਸਹਿਯੋਗ ਲੈ ਕੇ ਅਮਲਦਾਰੀ ਕਰਨ ਦਾ ਯਤਨ ਜਿਹੜਾ ਹੈ ਉਹ ਕੀਤਾ ਜਾਏਗਾ। ਜਿਵੇਂ ਇੱਕ ਡੀਮੇਨ, ਵਨ ਡੀਮੇਨ ਯੂਨੀਵਰਸਿਟੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਬਣਨੀ ਚਾਹੀਦੀ ਹੈ, ਔਰ ਚੀਫ ਖਾਲਸਾ ਦੀਵਾਨ ਜਿਹੜਾ ਹੈ ਇਸ ਯੂਨੀਵਰਸਿਟੀ ਨੂੰ ਬਣਾਉਣ ਦੇ ਲਈ ਤਿਆਰ ਹੈ, ਅਤੇ ਚੀਫ ਖਾਲਸਾ ਦੀਵਾਨ ਦਾ ਸਹਿਯੋਗ ਲੈ ਕੇ ਸਿੱਖ ਕੌਮ ਵੱਲੋਂ ਇੱਕ ਵਨ ਡੀਮੇਨ ਯੂਨੀਵਰਸਿਟੀ ਜਿਹੜੀ ਹੈ, ਕੋਸ਼ਿਸ਼ ਕਰਾਂਗੇ ਕਿ ਤਖ਼ਤ ਸ਼੍ਰੀ ਦਮਦਮਾ ਸਾਹਿਬ 'ਤੇ ਜਾਂ ਜਿੱਥੇ ਵੀ ਕਿਤੇ ਜਗ੍ਹਾ ਸੂਟੇਬਲ ਹੋਈ ਉੱਥੇ ਵਨ ਡੀਮੇਨ ਯੂਨੀਵਰਸਿਟੀ ਜਿਹੜੀ ਹੈ ਉਹ ਬਣਾਈ ਜਾਊਗੀ, ਜਿਹਦੇ ਵਿੱਚ ਸਿਰਫ ਅਤੇ ਸਿਰਫ ਇੱਕੋ ਹੀ ਵਿਸ਼ਾ ਜਿਹੜਾ ਹੈ ਉਹ ਹੋਏਗਾ, ਔਰ ਉਹ ਹੈ ਸਿੱਖ ਧਰਮ ਨਾਲ ਸੰਬੰਧਿਤ, ਗੁਰਬਾਣੀ ਇਤਿਹਾਸ ਨਾਲ ਸੰਬੰਧਿਤ ਖੋਜ ਕਾਰਜ ਅਤੇ ਗੁਰਮਤਿ ਦੀ ਵਿੱਦਿਆ ਦੀ ਪੜ੍ਹਾਈ। ਦੂਸਰੀ ਜਿਹੜੀ ਗੱਲ ਹੈ ਕਿ ਜਿਹੜੇ ਜਿਨ੍ਹਾਂ ਵਿਸ਼ਿਆਂਵਾਂ 'ਤੇ ਚਰਚਾ ਹੋਈ ਹੈ ਉਹਨੇ ਸਿੱਖ ਵਿੱਦਿਆ ਅਤੇ ਵਿੱਦਿਅਕ ਸੰਸਥਾਵਾਂ, ਸਾਡੀ ਐਜੂਕੇਸ਼ਨ ਪਾਲਿਸੀ ਕੀ ਹੋਣੀ ਚਾਹੀਦੀ ਹੈ, ਵਿੱਦਿਅਕ ਸੰਸਥਾਵਾਂ ਸਾਡੀਆਂ ਜਿਹੜੀਆਂ ਨੇ ਕਿਵੇਂ ਕੰਮ ਕਰਨ, ਸਿੱਖ ਧਰਮ ਵਿਰਸੇ ਸੱਭਿਆਚਾਰ ਪ੍ਰਤੀ ਨਵੀਂ ਪੀੜ੍ਹੀ ਵਿੱਚ ਚੇਤਨਤਾ ਕਿਵੇਂ ਪੈਦਾ ਕੀਤੀ ਜਾਵੇ, ਸਿੱਖ ਮਨੁੱਖੀ ਵਸੀਲਿਆਂ ਦਾ ਆਧੁਨਿਕ ਤਕਨੀਕਾਂ ਦੇ ਨਾਲ ਵਿਕਾਸ ਅਤੇ ਟ੍ਰੇਨਿੰਗ ਕਿਵੇਂ ਦਿੱਤੀ ਜਾਵੇ, ਗੁਰਬਾਣੀ, ਸਿੱਖ ਇਤਿਹਾਸ, ਰਵਾਇਤਾਂ ਅਤੇ ਫਲਸਫੇ ਦਾ ਸਿਲਸਿਲੇਵਾਰ ਅਧਿਐਨ, ਮੁਹਾਵਰੇ ਵਿੱਚ ਖੋਜ ਵਿਆਖਿਆ ਅਤੇ ਅਨੁਵਾਦ ਦੀਆਂ ਪ੍ਰਾਥਮਿਕਤਾਵਾਂ ਜਿਹੜੀਆਂ ਨੇ, ਵਿਧੀਆਂ ਜਿਹੜੀਆਂ ਨੇ ਉਹ ਕੀ ਹੋਣ, ਇਹਦੇ ਉੱਤੇ ਚਰਚਾ ਹੋਈ ਹੈ। ਸਿੱਖ ਸਰੋਕਾਰਾਂ ਲਈ ਮੀਡੀਆ ਅਤੇ ਆਧੁਨਿਕ ਸੂਚਨਾ ਤਕਨੀਕ ਦੀ ਵਰਤੋਂ ਜਿਹੜੀ ਹੈ ਇਹ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ, ਇਹਦੇ 'ਤੇ ਵਿਚਾਰ ਹੋਇਆ। ਸਿੱਖ ਆਰਥਿਕਤਾ, ਯੋਜਨਾਬੰਦੀ ਅਤੇ ਵਿਕਾਸ, ਸਰਬੱਤ ਦੇ ਭਲੇ, ਵਿਸ਼ਵ ਸ਼ਾਂਤੀ, ਵਿਸ਼ਵ ਪੱਧਰ 'ਤੇ ਮਿਲਵਰਤਨ, ਸਹਿਯੋਗ ਅਤੇ ਸਮਝਦਾਰੀ ਦੀ ਸਥਾਪਨਾ, ਵਿਕਾਸ, ਕੌਮੀ ਪ੍ਰਾਥਮਿਕਤਾ ਦੇ ਸਨਮੁੱਖ, ਸਿੱਖ ਸਰਮਾਏ ਦੀ ਵਰਤੋਂ ਦਾ, ਵਰਤੋਂ ਦੀਆਂ ਮੱਦਾਂ ਦਾ ਪੁਨਰ ਵਿਚਾਰਨ, ਨਾਨਕ ਨਾਮਲੇਵਾ ਸਿੱਖ ਸੰਗਤਾਂ ਦੀ ਨਿਸ਼ਾਨਦੇਹੀ ਅਤੇ ਸੰਭਾਲ, ਸਿੱਖ ਪੰਥ ਵਿੱਚ ਸ਼ਮੂਲੀਅਤ, ਜਿਵੇਂ ਸਿਗਲੀਗਰ, ਬੰਜਾਰੇ, ਸਤਨਾਮੀਏ ਜਿਹੜੇ ਭਾਰਤ ਦੇ ਵਿੱਚ ਪੰਜਾਬ ਤੋਂ ਬਾਹਰ ਰਹਿੰਦੇ ਨੇ, ਵੱਡੀ ਗਿਣਤੀ ਵਿੱਚ ਰਹਿੰਦੇ ਨੇ, ਉਹਨਾਂ ਨੂੰ ਸਿੱਖ ਮੁੱਖ ਧਾਰਾ ਵਿੱਚ ਲਿਆਉਣ ਦੇ ਯਤਨ ਜਿਹੜੇ ਆ ਕਿਵੇਂ ਆਰੰਭ ਹੋਣੇ ਚਾਹੀਦੇ ਨੇ, ਸਿੱਖ ਸਿਹਤ ਖੇਡਾਂ ਦਾ ਵਿਕਾਸ, ਸਿੱਖ ਇਸਤਰੀਆਂ, ਯੁਵਕਾਂ, ਬਾਲਕਾਂ ਅਤੇ ਸਰਬਪੱਖੀ ਵਿਕਾਸ ਦੀਆਂ ਜਿਹੜੀਆਂ ਯੋਜਨਾਵਾਂ ਕਿਵੇਂ ਉਲੀਕੀਆਂ ਜਾਣੀਆਂ ਚਾਹੀਦੀਆਂ ਨੇ, ਵਿਰਾਸਤ, ਸਹਿਤ, ਸੱਭਿਆਚਾਰ ਅਤੇ ਲੇਖਕ ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀ ਸੰਭਾਲ ਅਤੇ ਪ੍ਰਫੁੱਲਤਾ ਅਤੇ ਨਵੀਂ ਪੀੜ੍ਹੀ ਦੀ ਤਿਆਰੀ ਜਿਹੜੀ ਹੈ ਕਿੰਝ ਹੋਣੀ ਚਾਹੀਦੀ ਹੈ, ਇਹਦੇ 'ਤੇ ਵਿਚਾਰ ਹੋਈ ਹੈ। ਕੀਰਤਨ, ਗੁਰਮਤਿ ਸੰਗੀਤ, ਸਾਜ਼, ਆਵਾਜ਼, ਕਿੱਤਾਵਰ ਅਤੇ ਨਿਸ਼ਕਾਮ ਕੀਰਤਨੀਆਂ ਦੀ ਪ੍ਰਫੁੱਲਤਾ, ਗੁਰਮਤਿ ਪਰੰਪਰਾ ਅਨੁਸਾਰ ਸਿਲਸਿਲੇਵਾਰ ਸਿਖਲਾਈ, ਇਹ ਕਿਸ ਤਰ੍ਹਾਂ ਜਿਹੜਾ ਹੈ ਹੋਣਾ ਚਾਹੀਦਾ ਹੈ। ਵਿਸ਼ਵ ਪੱਧਰ 'ਤੇ ਸਿੱਖਾਂ ਦੀ ਵਿਲੱਖਣ ਪਹਿਚਾਣ, ਧਰਮ, ਭਾਸ਼ਾ, ਸੱਭਿਆਚਾਰ ਅਤੇ ਸਿੱਖਾਂ ਦੀ ਰਹਿਣੀ ਜੀਵਨ ਸ਼ੈਲੀ ਦੇ ਹੋਰਨਾਂ ਪੱਖਾਂ ਨਾਲ ਜੁੜੇ ਨਵੇਕਲੇ ਮਨੁੱਖੀ ਅਧਿਕਾਰਾਂ ਦੀ ਰਖਵਾਲੀ, ਇਸ ਨਾਲ ਜੁੜੀਆਂ ਜਿਹੜੀਆਂ ਪ੍ਰਾਥਮਿਕਤਾਵਾਂ ਜਿਹੜੀਆਂ ਨੇ ਵਿਚਾਰੀਆਂ ਗਈਆਂ ਨੇ, ਅਤੇ ਜਿਹੜੇ ਕੁਦਰਤ ਨਾਲ ਸੰਬੰਧਿਤ, ਕਿਉਂਕਿ ਗੁਰਬਾਣੀ ਕੁਦਰਤ ਦੀ ਗੱਲ ਕਰਦੀ ਹੈ, ਧਰਤੀ ਦਾ ਤਾਪਮਾਨ ਵੱਧ ਰਿਹਾ ਕੁਦਰਤ, ਅਤੇ ਇਹਦੇ ਵਿੱਚ ਅਸੀਂ ਸਿੱਖ ਸੰਸਥਾਵਾਂ ਕੀ ਯੋਗਦਾਨ ਪਾ ਸਕਦੀਆਂ ਨੇ, ਇਨਵਾਇਰਮੈਂਟ ਜਿਹੜਾ ਕਿਵੇਂ ਸਕਦੇ ਹਾਂ, ਇਹਦੇ 'ਤੇ ਵੀ ਜਿਹੜੀ ਹੈ ਉਹ ਚਰਚਾ ਹੋਈ ਹੈ। 12 ਦੇ ਕਰੀਬ ਜਥੇਬੰਦੀਆਂ ਨੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਸ਼ਮੂਲੀਅਤ ਕੀਤੀ ਹੈ, ਅਤੇ ਸਾਰਿਆਂ ਦਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਧੰਨਵਾਦ। ਗੱਲ ਕੀਤੀ ਹੈ ਵੰਡ
ਜਾਂ ਤੁਹਾਡੇ ਮੁਤਾਬਕ ਚੀਫ ਖਾਲਸਾ ਦੀਵਾਨ ਨੇ ਆਪਣੇ ਆਪ ਨੂੰ ਪੇਸ਼ਕਸ਼ ਕੀਤੀ। 2007 ਤੋਂ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਵਿੱਚ ਇੱਕ ਯੂਨੀਵਰਸਿਟੀ ਬਣਾਉਣ ਦੀ ਗੱਲ ਕਰਦਾ ਪਿਆ। 2019 ਅੱਧਾ ਲੰਘ ਚੁੱਕਾ, ਅਜੇ ਤੱਕ ਯੂਨੀਵਰਸਿਟੀ ਦਾ ਨੀਂਹ ਪੱਥਰ ਹੀ ਰੱਖਿਆ ਗਿਆ, ਪਰ ਉਹ ਅਜੇ ਤੱਕ ਕੁਛ ਕਾਗਜ਼ਾਂ ਦੇ ਵਿੱਚ ਹੀ ਬੋਲਦੀ ਪਈ ਇਹ ਯੂਨੀਵਰਸਿਟੀ। ਇਹ ਗੱਲ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਈ ਹੈ, ਇਸ ਕਰਕੇ ਉਮੀਦ ਹੈ ਕਿ ਨੇਪਰੇ ਚੜ੍ਹੇਗੀ। ਅਤੇ ਮੈਂ ਤੁਹਾਨੂੰ ਇਸੇ ਕਰਕੇ ਪੁੱਛਿਆ ਵੀ ਜਿਹੜੀ ਯੂਨੀਵਰਸਿਟੀ ਦੀ ਗੱਲ ਕਰਦਾ ਪਿਆ ਚੀਫ ਖਾਲਸਾ ਦੀਵਾਨ, ਉਹ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੀਂਹ ਪੱਥਰ ਰੱਖ ਕੇ ਗਏ ਸੀਗੇ। ਚਲੋ ਮੈਨੂੰ ਉਹਦਾ ਨਹੀਂ ਪਤਾ, ਲੇਕਿਨ ਇਹ ਜਿਹੜੀ ਗੱਲ ਹੈ ਵੰਡ ਮੈਨ ਯੂਨੀਵਰਸਿਟੀ ਦੀ, ਇਹ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਈ ਹੈ, ਇਹ ਬਹੁਤ ਵੱਡੀ ਗੱਲ ਹੈ। ਹੋਰ ਸੰਸਥਾਵਾਂ ਦਾ ਸਹਿਯੋਗ ਵੀ ਲਿਆ ਜਾਏਗਾ ਜਿਹੜੀ ਹੈ ਗਠਨ ਹੋਇਆ। ਬਿਲਕੁਲ ਜੀ ਬਿਲਕੁਲ, ਜਿਹੜੇ ਤੁਹਾਨੂੰ ਪੁਆਇੰਟ ਗਿਣਾਏ ਉਹਦੇ ਵਿੱਚ ਇਹ ਪੁਆਇੰਟ ਹੋਏਗਾ। ਸਿੰਘ ਸਰ ਜੀ, ਇੱਕ ਨਾ ਕੱਲ੍ਹ ਜਿਹੜਾ ਪਿਛਲੇ ਦਿਨ ਪਿਆ ਜੀ ਮਤਾ ਜਿਹੜਾ ਜੀ ਕਿਹੜਾ ਕਿਰਪਾਨ ਨੂੰ ਲੈ ਕੇ, ਜਿਹੜਾ ਬਾਕੀ ਤੇਜ਼ ਹਥਿਆਰਾਂ 'ਤੇ ਰੋਕ ਲਗਾਈ ਗਈ ਹੈ ਪਰ ਕਿਰਪਾਨ ਨੂੰ ਜਿਹੜੀ, ਇਹ ਬੜੀ ਖੁਸ਼ੀ ਵਾਲੀ ਗੱਲ ਹੈ ਔਰ ਇਹਦੇ ਲਈ ਅਸੀਂ ਬ੍ਰਿਟਿਸ਼ ਗੌਰਮੈਂਟ ਦਾ ਜਿਹੜਾ ਉਹ ਧੰਨਵਾਦ ਕਰਦੇ ਹਾਂ ਜੀ। ਠੀਕ ਹੈ ਸਰ, ਹੋਰ ਵਧੇਗੀ ਇੱਕ ਇੱਕ ਜਥੇਬੰਦੀ ਨੂੰ 20 ਜਥੇਬੰਦੀਆਂ ਹੋਰ ਨਾਲ ਜੋੜਨ ਦੀ ਜਿਹੜੀ ਡਿਊਟੀ ਲਾਈ ਹੈ। ਅਗਲੀ ਜਿਹੜੀ ਮੀਟਿੰਗ ਹੋਊਗੀ ਉਹ 12+20 ਦੀ ਹੋਊਗੀ, ਫਿਰ ਉਸ ਤੋਂ ਬਾਅਦ ਜਿਹੜੀ ਮੀਟਿੰਗ ਹੋਊਗੀ ਉਹ ਪਲੱਸ ਮਲਟੀਪਲਾਈ 100 ਹੋਏਗੀ। ਤਾਂ ਇਸ ਤਰ੍ਹਾਂ ਇਹ ਮਹੀਨੇ ਬਾਅਦ 2 ਮਹੀਨੇ ਬਾਅਦ ਜਦੋਂ ਵੀ ਜ਼ਰੂਰਤ ਸਮਝਿਆ ਕਰਾਂਗੇ ਉਦੋਂ ਇਹ ਮੀਟਿੰਗ ਹੋਇਆ ਕਰੂਗੀ। ਫਾਰਮ ਇੱਕ ਜਿਹੜਾ ਬਣਾਇਆ ਗਿਆ ਔਰ ਇਹ ਫਾਰਮ ਜਿਹੜਾ ਹਰ ਜਥੇਬੰਦੀ ਭਰ ਕੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਦੇਵੇਗੀ ਔਰ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਿਹੜਾ ਹਰ ਜਥੇਬੰਦੀ ਨੂੰ ਹਰ ਗੁਰਦੁਆਰਾ ਇਹ ਪੜਾਅ ਦੇ ਉੱਤੇ ਸਿੱਖ ਜਥੇਬੰਦੀਆਂ, ਉਸ ਤੋਂ ਬਾਅਦ ਗੁਰਦੁਆਰਾ ਕਮੇਟੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਰਜਿਸਟਰ ਕੀਤਾ ਜਾਊਗਾ ਜੀ। ਸਾਰੀਆਂ ਔਲ ਜਿਹੜੀਆਂ ਪ੍ਰਾਈਵੇਟ ਗੁਰਦੁਆਰੇ ਜਿਹੜੇ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ, ਸਿੰਘ ਸਭਾਵਾਂ ਗੁਰਦੁਆਰੇ ਨੇ, ਲੋਕਲ ਗੁਰਦੁਆਰਾ ਕਮੇਟੀਆਂ, ਸੰਗਤੀ ਗੁਰਦੁਆਰੇ ਜਿਹੜੇ ਨੇ, ਉਹਨਾਂ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਰਜਿਸਟਰ ਕੀਤਾ ਜਾਊਗਾ। ਸਭ ਜੀ ਸਭ ਸਾਰਿਆਂ ਨੂੰ, ਸਾਰੀਆਂ ਜਥੇਬੰਦੀਆਂ, ਸਾਰੀਆਂ ਗੁਰਦੁਆਰਾ ਕਮੇਟੀਆਂ ਹੋ ਸਕਦੀਆਂ ਜੀ, ਹੋਰ ਵੀ ਕਰਾਂਗੇ ਜੀ ਆਉਣ ਵਾਲੇ ਸਮੇਂ ਦੇ ਵਿੱਚ। ਆਲ ਵਰਲਡ ਦੀਆਂ ਜਥੇਬੰਦੀਆਂ ਸ਼ਾਮਿਲ ਕਰ ਨਹੀਂ ਨਾ ਹੋਵੇ, ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਸਮਰਪਿਤ ਹੈ ਉਹਨੂੰ ਅਸੀਂ ਸ਼ਾਮਿਲ ਕਰਾਂਗੇ। ਅਲੱਗ ਅਲੱਗ ਲੈਂਗੁਏਜ ਨੂੰ ਜਾਣਨ ਵਾਲੇ ਪ੍ਰਚਾਰਕ ਜਿਹੜੇ ਨੇ ਪੜ੍ਹੇ ਲਿਖੇ ਬਾਹਰ ਭੇਜੇ ਜਾਣਗੇ, ਇਹ ਸਾਰੀਆਂ ਵਿਉਂਤਬੰਦੀਆਂ ਜਿਹੜੀਆਂ ਹੈਗੀਆਂ ਉਹ ਫਿਰ ਜਥੇਬੰਦੀਆਂ ਦੇ ਰਾਏ ਦੇ ਨਾਲ ਉਲੀਕੀਆਂ ਜਾਣਗੀਆਂ। ਪਿਛਲੇ ਕਾਫੀ ਸਮੇਂ ਤੋਂ ਸਿਰਫ ਵਿਉਂਤਬੰਦੀ ਹੁੰਦੀ ਆ ਰਹੀ ਹੈ, ਸ਼੍ਰੋਮਣੀ ਕਮੇਟੀ ਵੱਲੋਂ ਵੀ ਬੜੀ ਵਧੀਆ ਤਾਂ ਮੈਂ ਪਿਛਲੇ ਸਮੇਂ ਦੀ ਮੈਨੂੰ ਨਹੀਂ ਪਤਾ ਹੈ, ਕਾਮਯਾਬੀ ਨਹੀਂ ਅਤੇ ਪਿਛਲੇ ਸਮੇਂ ਦਾ ਮੈਂ ਜ਼ਿੰਮੇਵਾਰ ਨਹੀਂ ਗਾ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਅਕਾਲ ਪੁਰਖ ਕਿਰਪਾ ਕਰੇ ਤਾਂ ਜੋ ਉਲੀਕਿਆ ਉਹਨੂੰ ਇੰਪਲੀਮੈਂਟ ਜਿਹੜਾ ਉਹਦਾ ਹੋਏ। ਸਿੰਘ ਸਾਹਿਬ ਕੋਈ ਸਮਾਂ ਮਿੱਥਿਆ ਗਿਆ ਕਿ ਕਿੰਨੇ ਸਮੇਂ ਤੱਕ ਨਾ ਜਿਹੜੀ ਰਜਿਸਟਰਡ ਹੋਣੀ ਹੈ? ਇਹ ਕੋਈ ਸਮਾਂ ਨਹੀਂ ਗਾ, ਨਹੀਂ ਪਰ ਫਿਰ ਵੀ ਆ ਤਾਂ ਫਿਰ ਆਨਲਾਈਨ ਜਦੋਂ ਮਰਜ਼ੀ ਆ ਜਾਓਗੇ, ਸਾਲ ਵੀ ਲੱਗ ਸਕਦਾ ਹੈ, 1.5 ਸਾਲ ਵੀ ਲੱਗ ਸਕਦਾ ਹੈ। ਸਾਡੀ ਕੋਸ਼ਿਸ਼ ਹੈ ਕਿ ਹਰ ਵਰਲਡ ਦੀ ਸਿੱਖ ਜਥੇਬੰਦੀ, ਹਰ ਵਰਲਡ ਦੀ ਗੁਰਦੁਆਰਾ ਲੋਕਲ ਜਿਹੜੀ ਕਮੇਟੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜੇ। ਨਹੀਂ ਕੋਈ ਸਮਾਂ ਸੀਮਾ ਨਹੀਂ, 550 ਸਾਲਾਂ ਕਰਕੇ ਜਾਂ ਬਾਅਦ ਦੇ ਵਿੱਚ, ਬਾਅਦ ਦੇ ਵਿੱਚ ਵੀ ਕੰਮ ਕਰੇਗੀ ਜੀ, ਬਾਅਦ ਦੇ ਵਿੱਚ ਵੀ ਗੁਰਦੁਆਰਾ ਕਮੇਟੀਆਂ ਦੀ ਅਣਗਹਿਲੀ ਕਰਕੇ ਜਾਂ ਸ਼ਾਰਟ ਸਰਕਟ ਕਰਕੇ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਜਾਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ, ਅਕਾਲ ਤਖਤ ਸਾਹਿਬ ਵੱਲੋਂ ਕੋਈ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਸੀ ਕਿ ਜਿੱਥੇ ਕਿਤੇ ਪ੍ਰਬੰਧਕਾਂ ਦੀ ਅਣਗਹਿਲੀ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ ਪੜਤਾਲ ਤੋਂ ਬਾਅਦ, ਉਹਦੇ ਉੱਤੇ ਕਾਨੂੰਨੀ ਕਾਰਵਾਈ ਕਰਾਉਣ ਲਈ ਚਾਰਾਸੂਈ ਜਿਹੜੀ ਹੈ ਉਹ ਕੀਤੀ ਜਾਇਆ ਕਰੇ ਤਾਂ ਕਿ ਜਿਹੜਾ ਹੈਗਾ ਉਹ ਉਹਨਾਂ ਨੂੰ ਪਤਾ ਲੱਗੇ, ਕਿਉਂਕਿ ਅਕਾਲ ਤਖਤ ਸਾਹਿਬ ਵੱਲੋਂ ਕਈ ਵਾਰ ਅਪੀਲ ਕੀਤੀ ਜਾ ਚੁੱਕੀ ਹੈ ਪ੍ਰਬੰਧਕ ਕਮੇਟੀਆਂ ਨੂੰ, ਗ੍ਰੰਥੀ ਸਿੰਘਾਂ ਨੂੰ, ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦਿਆਂ ਵਾਇਰਿੰਗ ਅੱਛੀ ਹੋਣੀ ਚਾਹੀਦੀ ਹੈ, ਪੱਖੀਆਂ ਵਗੈਰਾ ਜਿਹੜੀਆਂ ਉਹ ਦਿਨ ਰਾਤ ਚੱਲਦੀਆਂ ਨੇ, 250 ਦੀਆਂ ਪੱਖੀਆਂ
ਉਹ ਖਰਾਬ ਹੋ ਜਾਂਦੀਆਂ ਨੇ, ਪਿਘਲ ਜਾਂਦੀਆਂ ਨੇ, ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨਾ ਹੋਣ ਇਹਦੇ ਲਈ ਸਾਵਧਾਨੀ ਵਰਤੀ ਜਾਏ। ਸਰ ਪਿਛਲੇ ਦਿਨੀ ਇੱਕ ਰੈੱਡ ਬਬਲ ਨਾਂ ਦੀ ਇੱਕ ਔਨਲਾਈਨ ਕੰਪਨੀ ਜਿਹਨੇ ਦਰਬਾਰ ਸਾਹਿਬ ਦੀਆਂ ਫੋਟੋਆਂ ਛਾਪੀਆਂ ਸੀ ਉੱਪਰ, ਖੰਡਾ ਸਾਹਿਬ ਦੀਆਂ ਸੀ ਫੋਟੋਆਂ, ਉਹ ਬੇਹੱਦ ਮੰਦਭਾਗੀ ਗੱਲ ਹੈ ਜਦੋਂ ਕਿਤੇ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ, ਕਦੇ ਐਮਾਜ਼ੋਨ ਵੱਲੋਂ ਆਉਂਦੀ ਹੈ, ਕਦੇ ਇਸ ਤਰ੍ਹਾਂ ਦੀ ਇਸ ਕੰਪਨੀ ਵੱਲੋਂ ਆਉਂਦੀ ਹੈ, ਅਤੇ ਇਹ ਮੰਦਭਾਗੀਆਂ ਗੱਲਾਂ ਨੇ, ਕਿਤੇ ਨਾ ਕਿਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਕਸ਼ਨ ਲਿਆ ਅਤੇ ਉਹਨੇ ਜਿੱਥੇ ਮੇਰੀ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੇ ਉਹ ਰਿਮੂਵ ਕਰ ਦਿੱਤੀ। ਸਿੱਖ ਸਾਹਿਬ ਅਕਾਲ ਤਖਤ ਸਾਹਿਬ ਵੱਲੋਂ ਸਾਰੀਆਂ ਸਿੱਖ ਸੰਸਥਾਵਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠਾ ਕਰਨ ਦਾ ਵਧੀਆ ਯਤਨ ਕੀਤਾ ਜਾ ਰਿਹਾ, ਕੀ ਵੱਖ ਵੱਖ ਪਾਰਟੀਆਂ ਨਾਲ ਸੰਬੰਧਿਤ ਸਾਰੇ ਸਿੱਖਾਂ ਨੂੰ ਵੀ ਇੱਕ ਪਲੇਟਫਾਰਮ 'ਤੇ ਇਕੱਠਾ ਕਰਨ ਵਾਸਤੇ? ਫਿਲਹਾਲ ਜੇ ਸਿੱਖ ਜਥੇਬੰਦੀਆਂ, ਸਿੱਖ ਗੁਰਦੁਆਰਾ ਕਮੇਟੀਆਂ ਇਕੱਠੀਆਂ ਹੋ ਗਈਆਂ ਅਤੇ ਬਾਕੀ ਤਾਂ ਆਪਣੇ ਆਪ ਹੀ ਹੌਲੀ ਹੌਲੀ ਹੋ ਜਾਏਗਾ। ਅਕਾਲੀ ਦਲ ਨੂੰ ਵੀ ਇੱਕ ਕਰਨ ਦਾ ਕੋਈ ਹੈ? ਨਹੀਂ, ਸਾਡਾ ਸਿਆਸਤ 'ਚ ਅਜੇ ਕੋਈ ਨਹੀਂ, ਸਾਡਾ ਸਿਰਫ ਧਾਰਮਿਕ ਜਥੇਬੰਦੀਆਂ 'ਤੇ ਧਿਆਨ ਕੇਂਦਰਿਤ ਹੈ ਜੀ।